ਅੱਜ ਕੱਲ ਜੀ ਜਿਹੜਾ ਸਰ ਵੱਡੇ ਲੋਕ ਨੇ ਨਾ ਉਹਨਾਂ ਦਾ ਬੱਚਾ 8000 ਦੇ ਖਿਡੌਣੇ ਨਾਲ ਖੇਲਦਾ, ਅਸੀਂ 8000 ਦੇ ਗੁਜ਼ਾਰਾ ਕਰਨਾ ਬੱਚਿਆਂ ਦਾ ਤਨਖਾਹ ਤੇ ਆ ਕੇ ਬਸ ਇੱਥੇ ਅੜ ਜਾਂਦੇ ਨੇ, ਕੰਮ ਕਰਾ ਲੈਣਗੇ ਦੋ ਬੰਦਿਆਂ ਦਾ ਇਕੱਲੇ ਇਕੱਲੇ ਤੋਂ ਕੰਮ। ਮੈਂ ਬਿਮਾਰ ਹੀ ਹਾਂ, ਮੇਰੀਆਂ ਛੁੱਟੀਆਂ ਕੱਟੀਆਂ ਗਈਆਂ, ਆਹ ਬਿਮਾਰੀ 15 ਦਿਨ ਅਸੀਂ ਬਿਮਾਰ ਤੇ ਡਿਊਟੀ। ਪਰ ਜਿਹੜੇ ਹੁਣ ਇਹ ਵਾਅਦੇ ਨੇ ਇਕੱਲੇ ਸਰਕਾਰ ਦੇ, ਕੋਈ ਇਹਨਾਂ ਦਾ ਕਾਗਜ਼ੀ ਵਾਅਦੇ ਨਹੀਂ, ਕੋਈ ਲਾਗੂ ਨਹੀਂ ਕਰਨੀ ਸੀ। ਕੋਈ ਸਰਕਾਰ ਕਰੋਨਾ 'ਚ ਡਿਊਟੀਆਂ ਕਰ ਲਈਆਂ ਤਾਂ ਨਹੀਂ ਸਾਨੂੰ ਕੋਈ ਪੈਸਾ ਮਿਲਿਆ ਹੈਗਾ, ਨਾ ਕੋਈ ਕੁਛ ਹੋਰ ਹੋਇਆ। ਅਸੀਂ ਗੱਲ ਕਰਦੇ ਹਾਂ ਸਿਵਲ ਹਸਪੀਟਲ ਬਰਨਾਲਾ ਦੀ, ਜਿੱਥੇ ਕਿ ਸਫਾਈ ਕਰਮਚਾਰੀ ਦਿਨ ਰਾਤ ਇੱਕ ਕਰਕੇ ਮਰੀਜ਼ਾਂ ਦੀ ਸੇਵਾ ਤੇ ਹਸਪੀਟਲ ਦੀ ਸਫਾਈ ਕਰਨ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ, ਪਰ ਫਿਰ ਵੀ ਉਹਨਾਂ ਦੀਆਂ ਤਨਖਾਹਾਂ 7500 ਰੁਪਏ ਤੇ ਹੀ ਰੁਕੀਆਂ ਹਨ। ਦਿਨ ਰਾਤ ਇੱਕ ਕਰਕੇ ਹਸਪਤਾਲ ਦੀ ਸਫਾਈ ਕੀਤੀ ਜਾਂਦੀ ਹੈ ਇਹਨਾਂ ਸਫਾਈ ਕਰਮਚਾਰੀਆਂ ਵੱਲੋਂ। ਕੋਰੋਨਾ ਮਹਾਮਾਰੀ ਦੌਰਾਨ ਵੀ ਇਹਨਾਂ ਵੱਲੋਂ ਕਦੇ ਵੀ ਕੰਮ ਵਿੱਚ ਢਿੱਲਾਪਨ ਨਹੀਂ ਕੀਤਾ ਗਿਆ, ਪਰ ਜਦੋਂ ਇਹਨਾਂ ਦੀ ਤਨਖਾਹਾਂ ਵਧਾਉਣ ਦੀ ਗੱਲ ਆਉਂਦੀ ਹੈ ਤਾਂ SMO ਸਾਰਾ ਕ੍ਰੈਡਿਟ ਆਪਣੇ ਉੱਤੇ ਲੈ ਜਾਂਦੇ ਹਨ ਕਿ ਇਹ ਪ੍ਰਬੰਧ ਸਾਡੇ ਵੱਲੋਂ ਕੀਤੇ ਗਏ ਹਨ। ਡਾਕਟਰਾਂ ਵੱਲੋਂ ਵੀ ਇਹਨਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਇਹਨਾਂ ਨੇ ਦੱਸਿਆ ਕਿ ਸਮੇਂ ਸਿਰ ਸਭ ਕੁਝ ਬਦਲਦਾ ਹੈ, ਸਰਕਾਰਾਂ ਬਦਲਦੀਆਂ ਹਨ, ਮੌਸਮ ਬਦਲਦੇ, ਪਰ ਸਾਡੀ ਤਰੱਕੀ ਅਜੇ ਤੱਕ ਉੱਥੇ ਹੀ ਖੜੀ ਹੈ। ਸਾਡੇ ਵੱਲੋਂ ਨਾ ਤਾਂ ਕੋਈ SMO ਧਿਆਨ ਦਿੰਦਾ ਹੈ ਤੇ ਨਾ ਹੀ ਕੋਈ ਡਾਕਟਰ ਤੇ ਨਾ ਹੀ ਸਰਕਾਰ। ਸਾਡੀਆਂ ਤਨਖਾਹਾਂ ਜਿੱਥੇ ਹਨ ਉੱਥੇ ਹੀ ਖੜੀਆਂ ਹਨ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ ਕਿ ਹਾਂ ਸਫਾਈ ਕਰਮਚਾਰੀਆਂ ਜਿਹੜਾ ਇਹ ਲੋਨ ਦਾ ਕੰਮ ਆ, ਇਹ ਕੋਸ਼ਿਸ਼ ਆ ਮੇਰੀ ਵੀ ਘੱਟ ਤੋਂ ਘੱਟ ਵਿਆਜ ਤੇ ਬੜੀ ਆਸਾਨੀ ਨਾਲ ਦਿੱਤਾ ਜਾਵੇ। ਦੋ ਪਹੀਆ ਵਾਹਨ ਟੂ ਵੀਲਰ ਕਰਦੇ ਹਾਂ ਜਾਂ ਫਿਰ ਅਸੀਂ ਜਿਹੜੇ ਛੋਟੇ ਦੁਕਾਨਦਾਰ ਆ ਜਿਵੇਂ ਉਹਨਾਂ ਨੇ ਕੋਈ ਮਾਲ ਪਾਉਣਾ ਅੱਗੇ, ਤਾਂ ਅਸੀਂ ਉਹਨਾਂ ਨੂੰ ਉਹ ਮਾਲ ਪਾਉਣ ਲਈ ਅਸੀਂ ਉਹਨਾਂ ਨੂੰ ਇੱਕ ਲੋਨ ਜਾਂ ਕਰਜ਼ਾ ਆਪਾਂ ਦਿੰਦੇ। ਨਾ ਆਪਣਾ ਜੀ ਅਮਰਜੀਤ ਕੌਰ। ਅਮਰਜੀਤ ਜੀ, ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਮੁਬਾਰਕਾਂ ਜੀ। ਹਾਂਜੀ ਹਾਂਜੀ, ਕੀ ਤੁਹਾਡੀ ਪੋਸਟ ਆ ਸਰਕਾਰੀ ਹਸਪਤਾਲ 'ਚ? ਸਫਾਈ ਸੇਵਕ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ? 22 ਸਾਲ ਹੋ ਗਏ ਜੀ। ਕੋਈ ਸਰਕਾਰ ਨੇ ਤੁਹਾਨੂੰ ਕੋਈ ਪੱਕਾ ਕੀਤਾ ਜੀ? ਨਹੀਂ ਜੀ। ਕਿੰਨੀ ਤੁਹਾਡੀ ਤਨਖਾਹ ਹੈ ਜੀ? 7000 ਹੈ ਜੀ। 7000 'ਚ ਤੁਹਾਡਾ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਜਾਂਦਾ ਜੀ? ਨਹੀਂ ਜੀ, ਅੱਜ ਕੱਲ੍ਹ ਜੀ ਜਿਹੜਾ ਸਰ ਵੱਡੇ ਲੋਕ ਨੇ ਨਾ ਉਹਨਾਂ ਦਾ ਬੱਚਾ 8000 ਦੇ ਖਿਡੌਣੇ ਨਾਲ ਖੇਲਦਾ, ਅਸੀਂ 8000 ਦੇ ਗੁਜ਼ਾਰਾ ਕਰਨਾ ਬੱਚਿਆਂ ਦਾ। ਤੁਸੀਂ ਕੋਈ ਆਪਣੀ ਆਵਾਜ਼ ਬੁਲੰਦ ਕੀਤੀ ਨਹੀਂ ਕਿਸੇ ਨੂੰ ਦਿੱਤਾ? ਲਿਖਤੀ ਰੌਲਾ ਪਾਇਆ, ਬਹੁਤ ਰੌਲਾ ਪਾਇਆ ਜੀ, ਕੋਈ ਪਤਾ ਨਹੀਂ ਲੱਗਦਾ ਸਾਡਾ ਜੀ, ਕੋਈ ਸੁਣਦਾ ਨਹੀਂ। ਕੋਈ ਸਰਕਾਰ ਵੱਲੋਂ ਕੁਛ ਵੀ ਨਹੀਂ ਮਿਲਿਆ ਸਾਨੂੰ? ਕੋਈ ਸਰਕਾਰ ਕਰੋਨਾ 'ਚ ਡਿਊਟੀਆਂ ਕਰ ਲਈਆਂ ਤਾਂ ਨਹੀਂ ਸਾਨੂੰ ਕੋਈ ਪੈਸਾ ਮਿਲਿਆ ਹੈਗਾ, ਨਾ ਕੋਈ ਕੁਛ ਹੋਰ ਹੋਇਆਗਾ। ਨਹੀਂ, ਸਰਕਾਰ ਤਾਂ ਕਹੇ ਜਿਹਨੇ ਕਰੋਨਾ ਡਿਊਟੀ ਕੀਤੀ ਹੈ ਉਹਨਾਂ ਨੂੰ ਅਸੀਂ ਪਹਿਲ ਦਾ ਤੇ ਨੌਕਰੀ ਪੱਕੀ ਕਰਾਂਗੇ। ਕੋਈ ਨਹੀਂ ਹੋਈ ਜੀ, ਕੁਛ ਵੀ ਨਹੀਂ ਹੋਇਆ ਸਾਨੂੰ ਜੀ। ਮੈਂ 2002 ਦੀ ਲੱਗੀ ਹੋਈ ਹਾਂ ਜੀ ਜੀ, ਤੇ ਸਫਾਈ 'ਚ ਸਾਡਾ ਕੋਈ ਹੱਲ ਨਹੀਂ ਹੋਇਆ। ਇਹ ਸਾਥੋਂ ਛਿੰਦਰ ਕੌਰ ਬੀਬੀ ਪਹਿਲਾਂ ਦੀ ਲੱਗੀ ਹੋਈ ਹੈ ਸਾਥੋਂ ਜੀ, ਕੋਈ ਨਾ ਸਾਨੂੰ ਕੋਈ ਵਰਦੀਆਂ, ਨਾ ਕੋਈ ਬੂਟ, ਨਾ ਕੋਈ ਸਾਡੀ ਕੋਈ ਸੁਣਾਈ ਨਹੀਂ। ਅਸੀਂ ਧਰਨੇ ਤੋਂ ਹੀ ਬਹਿ ਲੈਗੇ, ਮਜ਼ਾਰੇ ਵੀ ਕਰ ਲਏ, ਸਾਡੀ ਸਾਰੀ 7000 ਤਨਖਾਹ। ਜਿਹੜੀ 4 ਕਲਾਸ ਹੈ ਜੀ, 4 ਕਲਾਸ ਤਾਂ ਕੋਈ ਵੀ ਡਿਪਾਰਟਮੈਂਟ ਹੋਵੇ ਉਹ ਤਾਂ ਇੱਕ ਅਹਿਮ ਹਿੱਸਾ ਹੁੰਦੀ ਹੈ, ਜਿੱਥੇ ਕਿ ਸਫਾਈ ਦੀ ਗੱਲ ਚੱਲਦੀ ਆ, ਹੋਰ ਚੱਲਦੀ ਆ, ਉੱਥੇ ਤਾਂ ਤੁਹਾਨੂੰ ਪੂਰਾ ਖਿੱਚਿਆ ਜਾਂਦਾ ਹੈ, ਪਰ ਤਨਖਾਹ ਦੇਣ ਦੀ ਉੱਥੇ ਕੀ ਗੱਲ ਹੋ ਜਾਂਦੀ ਹੈ? ਤਨਖਾਹ ਤੇ ਆ ਕੇ ਬਸ ਇੱਥੇ ਅੜ ਜਾਂਦੇ ਨੇ, ਕੰਮ ਕਰਾ ਲੈਣਗੇ ਦੋ ਬੰਦਿਆਂ ਦਾ ਇਕੱਲੇ ਇਕੱਲੇ ਤੋਂ ਕੰਮ। ਮੈਂ ਬਿਮਾਰ ਹੀ ਹਾਂ, ਮੇਰੀਆਂ ਛੁੱਟੀਆਂ ਕੱਟੀਆਂ ਗਈਆਂ, ਆਹ ਬਿਮਾਰੀ 15 ਦਿਨ ਅਸੀਂ ਬਿਮਾਰ 'ਚ ਡਿਊਟੀ ਕਰਦੇ। ਕਿੰਨੀ ਸੈਲਰੀ ਹੈ? 7600 ਜੀ। ਕਿੰਨੇ ਸਾਲ ਹੋ ਗਏ ਜੋ ਕੰਮ ਕਰਦੇ ਨੂੰ? ਮੈਂ 2002 ਦੀ ਲੱਗੀ ਹੋਈ ਹਾਂ ਜੀ। ਤੇ 7600 ਚੱਲਦੀ ਆ ਰਹੀ ਹੈ? 7600 ਚੱਲਦੀ ਹੈ। ਤੇ ਤੁਹਾਡੀ ਹੁਣ ਉਮਰ ਕਿੰਨੀ ਹੋ ਗਈ? ਦੇਖੋ ਹੁਣ ਤੁਸੀਂ ਇਹ ਦੇਖੋ ਸਾਡੀ ਉਮਰ ਕਿੰਨੀ ਹੋ, ਸਾਨੂੰ ਕੁਝ ਮਿਲ ਨਹੀਂ ਰਿਹਾ ਤਾਂ ਹੀ ਤਾਂ ਜਾਣ। ਤੁਹਾਡੀ ਹੁਣ ਉਮਰ ਕਿੰਨੀ ਹੋ ਗਈ? ਮੇਰੀ 45 ਸਾਲ ਦੀ। ਪੋਤੀਆਂ ਪੋਤੇ ਵਾਲੇ ਹੋ ਗਏ ਤੇ ਹਜੇ 76 ਸਾਲ ਹੀ ਆ ਜੀ। 7600 ਤੇ ਹੀ ਫਿਰਦੇ ਆ ਜੀ। ਤੇ ਹੁਣ ਕੀ ਮੰਗ ਕਰਦੇ ਆ? ਅਸੀਂ ਸਰਕਾਰ ਤੇ ਇਹ ਮੰਗ ਕਰਦੇ ਆ ਜਾਂ ਸਾਨੂੰ ਪੱਕਾ ਕਰਿਆ ਵੇ ਸਾਡੀ ਪੇ ਵਧਾਈ ਜਾਵੇ। ਸਰਕਾਰ ਲਈ ਮੰਗਾਂ ਮੰਨੂਗੀ? ਮੰਨਾਂਗੇ ਜੀ, ਆਪੇ ਮੰਨਣਗੇ, ਉਹ ਤੁਸੀਂ ਨਕਸ਼ੇ ਬੈਠਾਂਗੇ ਆਪੇ ਮੰਨਣਗੇ। ਤੁਹਾਨੂੰ ਕਿੰਨੀ ਏਜ ਹੋਊਗੀ ਸਰਕਾਰੀ ਹਸਪਤਾਲ 'ਚ ਜੋਬ ਕਰਦੇ ਨੂੰ? ਮੈਨੂੰ ਜੀ ਹੋ ਗਏ, ਉਮਰ ਹੀ ਲੰਘ ਗਈ ਤੁਹਾਡੀ? 22 ਸਾਲ ਹੋ ਗਏ। 22 ਸਾਲ ਹੋ ਗਏ ਲਗਭਗ, ਹੁਣ ਤੁਹਾਡੀ ਉਮਰ ਰਿਟਾਇਰ ਹੋਣ ਦੀ ਆ, ਤਾਂ ਤੁਹਾਡੀ ਸੈਲਰੀ ਕਿੰਨੀ ਹੈ? ਸੈਲਰੀ ਇੰਨੀ ਜੀ ਜਿੰਨੀ ਕੋ 7700। ਤਾਂ ਟਾਈਮ ਪਾਸ ਵਧੀਆ ਹੋ ਰਿਹਾ ਹੈ? ਉੱਥੇ ਜੀ ਟਾਈਮ ਪਾਸ ਕਿਤੇ ਹੈ ਜੋ ਉਹ ਕਰੇ ਮਸਾ ਜਵਾਬ ਪਾਏ ਨੇ ਜੀ। ਜਦੋਂ ਸਫਾਈ ਦੀ ਗੱਲ ਆਉਂਦੀ ਹੈ, ਪੋਚਿਆਂ ਦੀ ਆਉਂਦੀ ਹੈ, ਝਾੜੂ ਦੀ ਆਉਂਦੀ ਹੈ, ਗਲੀ ਸੜੀ ਪੱਟੀਆਂ ਚੱਕਣ ਦੀ ਆਉਂਦੀ ਹੈ, ਤਾਂ ਤੁਹਾਨੂੰ ਮੂਹਰੇ ਕੀਤਾ ਜਾਂਦਾ ਹੈ? ਜਦੋਂ ਤੁਹਾਡੀ ਜ਼ਿੰਦਗੀ ਲਾਈਫ ਦੀ ਗੱਲ ਆਉਂਦੀ ਹੈ, ਤੁਹਾਨੂੰ ਪਿੱਛੇ ਰੱਖਿਆ ਜਾਂਦਾ ਹੈ? ਅਸੀਂ ਪਿੱਛੇ ਬਸ ਪਿੱਛੇ ਪਿੱਛੇ ਰਹਿੰਦੇ ਜੀ। ਮੂਹਰੇ ਸਾਨੂੰ ਕਰਨੇ ਨਹੀਂ। ਤੁਹਾਡੀ ਜੋਬ ਕੀ ਹੈ ਸਰਕਾਰੀ ਹਸਪਤਾਲ 'ਚ? ਜੀ, ਕੀ ਕਹਿਣਾ ਚਾਹੋਗੇ? ਕਿੰਨੀ ਤੁਹਾਡੀ ਤਨਖਾਹ ਆ? ਸਰ ਤਨਖਾਹ 8300 ਰੁਪਏ ਤਨਖਾਹ। 8300 ਹੈ ਜੀ।
ਤੇ ਤੁਹਾਡੀ ਮੈਰਿਜ ਹੋਈ ਵੀ ਆ? ਹਾਂਜੀ ਸਰ, ਨਿੱਕੇ ਨਿੱਕੇ ਬੱਚੇ ਨੇ ਜੀ। ਕੀ ਪਾਲਣ ਪੋਸ਼ਣ ਵਧੀਆ ਹੋ ਜਾਂਦਾ? ਨਹੀਂ ਸਰ, ਬਹੁਤ ਮੁਸ਼ਕਲ ਨਾਲ ਕਰਦੇ ਹਾਂ ਸਰ ਪਾਲਣ ਪੋਸ਼ਣ, ਕਿੱਥੇ ਹੁੰਦੇ ਜੀ। ਜੀ, ਕੀ ਮੰਗ ਕਰਦੇ ਹੋ? ਮੰਗ ਇਹ ਸਰ, ਜਾਂ ਸਾਨੂੰ ਮਹਿਕਮੇ ਅੰਡਰ ਲਿਆ ਜਾਵੇ ਜਾਂ ਸਾਨੂੰ ਰੈਗੂਲਰ ਕਰਿਆ ਜਾਵੇ ਜੀ। ਪਰ ਜਿਹੜੇ ਹੁਣ ਇਹ ਵਾਅਦੇ ਹੀ ਨੇ ਇਕੱਲੇ ਸਰਕਾਰ ਦੇ, ਕੋਈ ਇਹਨਾਂ ਦਾ ਕਾਗਜ਼ੀ ਵਾਅਦੇ ਨਹੀਂ, ਕੋਈ ਲਾਗੂ ਨਹੀਂ ਕਰ ਰਹੇ ਕੋਈ ਜੀ। ਜਿੱਥੇ ਕੋਈ ਸਫਾਈ ਦੀ ਗੱਲ ਚੱਲਦੀ ਹੈ, ਸਵੱਛ ਭਾਰਤ ਦੀ ਗੱਲ ਚੱਲਦੀ ਹੈ, ਉੱਥੇ ਤੁਹਾਡਾ ਅਹਿਮ ਰੋਲ ਦਿਖਾਇਆ ਜਾਂਦਾ ਹੈ, ਪਰ ਤਨਖਾਹ ਦੇਣ ਲਈ ਸਰਕਾਰ ਕੋਈ ਪਿੱਛੇ ਹਟ ਜਾਂਦੀ ਹੈ? ਸਰ ਬਸ ਅਸੀਂ ਸਰਕਾਰ ਦੇ ਲਾਰੇ ਜੀ। ਜੀ, ਲਾਰੇ ਨਹੀਂ ਜੀ ਸਰਕਾਰ ਦੇ ਜੀ, ਕੋਈ ਅੱਗੇ। ਬੱਚੇ ਪੜ੍ਹ ਰਹੇ ਨੇ ਸਰ? ਹਾਂ ਪੜ੍ਹਦੇ ਨੇ, ਬਹੁਤ ਮੁਸ਼ਕਲ ਨਾਲ ਪੜ੍ਹਾ ਰਹੇ ਨੇ।